सुनाली मैं फील कर रहा, फीलिंग थोड़ी कट है। फीलिंग चक के, फीलिंग हर चक के, फीलिंग चक के। छोटे तू फीलिंग ना ले, तू फीलिंग रख के, तेरा मोटा ही है। रख के चक के चक के चकेगी। बहुत बढ़िया, कट। बस मैं हूं शॉट लवांगी, सर मैं हूं शॉट लवांगा। अमरिंदर के फोन है, अंग्रेज टूली आया होना यार। मैं हूं चल गया था सारी पिछे, पहला कोई पूछता नहीं सी। तेनू पता था पहला पैमी दी फिल्म लाउनी है, कहदे टॉम डी लजी बिजी। Wow, this tractor is so huge. Hey. ਤੁਹਾਡਾ ਟਰੈਕਟਰ ਕਿੰਨਾ ਵਧੀਆ ਹੈ। ਟਰੈਕਟਰ ਨਹੀਂ ਜੀ, ਸਾਡਾ ਇਹ ਲਾਣੇਦਾਰ ਹੈ ਜੀ। ਸਾਰੀ ਸਾਡਾ ਲਾਣੇਦਾਰ ਹੈ ਜੀ। ਲਾਣੇਦਾਰ ਮਤਲਬ? ਮਤਲਬ ਮੇਰੇ ਮੰਮੀ ਪਾਪਾ ਹੋਣੀ ਜੀ ਹੈ ਨੇ ਜੀ, ਉਹ ਤਾਂ ਤੁਰ ਗਏ ਸੀਗੇ ਜੀ, ਹੁਣ ਬਸ ਇਹੀ ਮੇਰਾ ਪਾਪਾ ਹੈ ਜੀ। ਮਤਲਬ ਪਾਪਾ ਜੀ ਹੋਣਾ ਦੀ ਨਿਸ਼ਾਨੀ ਹੈ ਜੀ। एक सेकेंड। ਤੁਸੀਂ ਊਂ ਕਿੱਥੋਂ ਦੇ ਹੋ ਜੀ? ਸ਼ਿਮਲੇ ਤੋਂ। ਕਿਆ ਬਾਤ ਹੈ, ਸ਼ਿਮਲਾ ਬੜਾ ਸੋਹਣਾ ਹੈ ਨਾ ਜੀ। ਮੈਂ ਕਦੇ ਗਿਆ ਤਾਂ ਨਹੀਂ ਪਰ ਸੁਣਿਆ ਵੀ ਬੜਾ ਹੀ ਸੋਹਣਾ ਜੀ। ਹਾਂਜੀ ਬਹੁਤ ਸੋਹਣਾ। ਹਾਂਜੀ, ਉੱਥੇ ਆਪਣਾ ਕੀ ਕਾਰੋਬਾਰ ਹੈ ਜੀ? ਮਤਲਬ ਖੇਤੀਬਾੜੀ ਹੋਣੀ ਹੈ ਜੀ, ਸਿਆਂ ਸੁਆਂ ਦੇ ਬਾਗ ਬੂਗ ਹੋਣੇ ਜੀ। ਨਹੀਂ, ਸਾਡਾ ਹੋਟਲ ਹੈ ਹਿਮਲੈਂਡ। ਓ ਹੋਟਲ ਹਿਮ ਹਿਮ ਹਿਮਲੈਂਡ ਹਿਮਲੈਂਡ ਹਿਮਲੈਂਡ। ਹਾਂਜੀ ਕੈਂਡ ਆ ਗਿਆ ਮੈਂ ਜੀ। ਸ਼ੂਟਿੰਗ ਲਈ ਘਰ ਮਿਲ ਜਾਏ ਯਾਰ ਆਪਾਂ ਨੂੰ, ਟੈਨਸ਼ਨ ਖਤਮ ਹੋ ਜੂ ਆਪਣੀ। ਹਾਂਜੀ ਹਾਂਜੀ, ਕੀ ਹੋਇਆ ਸਰ? ਲੱਭਣਾ ਤਾਂ ਪੈਣਾ ਹੀ ਹੈ। ਹਾਂਜੀ, ਗੱਲ ਸੁਣ ਛੋਟੇ, ਤੂੰ ਬਹਿ ਕੇ ਗੱਲ ਕਰ। ਅੱਛਾ, ਆਪਾਂ ਨੂੰ ਨਾ ਸ਼ੂਟਿੰਗ ਵਾਸਤੇ ਕੱਲ੍ਹ ਘਰ ਚਾਹੀਦਾ। ਕਿਹੋ ਜਿਹਾ ਜੀ? ਦੇਸੀ ਅਨਪੜ੍ਹ ਜੱਟ ਜੇ ਬੰਦੇ ਦਾ ਘਰ ਚਾਹੀਦਾ। ਦੇਸੀ ਅਨਪੜ੍ਹ ਜੱਟ ਫਿਰ ਤਾਂ ਮੈਂ ਹੀ ਹਾਂ ਜੀ, ਮੇਰਾ ਘਰ ਦੇਖ ਲਓ। ਖੁੱਲ ਗਈ ਤੇਰੀ ਕਿਸਮਤ ਜੱਟਾ, ਕੱਲ੍ਹ ਅਸੀਂ ਤੇਰੇ ਘਰ ਆ ਗਏ। ਚਲੋ ਵੀ ਸ਼ਾਰਟ ਰੈਡੀ ਹੈ। ਚਲੋ ਤੂੰ ਕਿੱਥੇ ਕਾਕਾ ਬੈਠ, ਜਦੋਂ ਸ਼ਾਰਟ ਹੋਇਆ ਤੈਨੂੰ ਦੱਸਾਂਗੇ। ਵੱਡਾ ਐਮੀ ਵਰਕ ਆਜੋ ਮੈਮ, ਆਜੋ ਮੈਡਮ। ਤੁਹਾਡਾ ਘਰ ਹੈ ਨਾ? ਹਾਂਜੀ। ਵੈਰੀ ਨਾਈਸ। ਹੈਲੋ, ਸੋ ਡਿਫਰੈਂਟ, ਸੱਚ ਅ ਨਾਈਸ ਹਾਊਸ ਐਂਡ ਸੋ ਪੀਸਫੁਲ, ਹੈ ਨਾ ਮੈਨੂੰ? ਹਾਂ ਹਾਂ, ਦੇਖਦੇ ਹੈ। ਦਿਸ ਇਜ਼ ਸੋ ਐਂਟੀਕ, ਇਜ਼ਨਟ ਇਟ? ਇਹ ਕਿੰਨਾ ਪੁਰਾਣਾ ਹੈ? ਇਹ ਪੁਰਾਣਾ ਜੀ, ਇਹ ਮੇਰੀ ਦਾਦੀ ਦੀ ਸੱਸ ਨੇ ਦਿੱਤਾ ਸੀਗਾ ਜੀ। ਆ ਬਹੁਤ ਸੋਹਣਾ ਹੈ। ਹਾਂਜੀ, ਮੈਂ ਤੁਹਾਨੂੰ ਖੋਲ ਕੇ ਦਿਖਾਵਾਂ? ਹਾਂ ਹਾਂ ਦੇਖਣਾ। ਹਾਂ ਇੱਕ ਮਿੰਟ ਦਿਖਾਉਣਾ ਜੀ। ਯੂ ਨੋ ਇਟਸ ਜਸਟ ਵਾਹ। ਹਾਂਜੀ ਵਾਹ। ਮੈਨੂੰ ਲੁੱਕ ਐਟ ਦ ਪੇਂਟਿੰਗਸ, ਯਾ ਸੋ ਬਿਊਟੀਫੁਲ, ਵੈਰੀ ਕਲਾਸਿਕ। ਦੇਖ ਲਓ ਜੀ। So nice. Yes.
खोलो। कितनी सुंदर है ना। पकड़। सो प्रिटी। हम इनको शूट में यूज कर सकते हैं ना। यस। yes. मैं ये पा सकती हूँ। है जी। ਉਹ ਤਾਂ ਬੀਬੀ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਜੀ। ਪਰ ਕੋਈ ਨਾ ਜੀ, ਆਪਾਂ ਪੁੱਛ ਲੈਣਾ ਦਾਦੀ ਤੋਂ ਜੀ। ਆ ਜਾਓ ਆ ਜਾਓ ਆ ਜਾਓ ਆ ਜਾਓ ਬੀਬੀ। ਹਾਂ ਪੁੱਤ। ਮੇਰੀ ਬੀਬੀ ਜੀ। ਸਹੀ ਮੈਂ ਮਰ ਜਾ। ਕਿੱਡੀ ਸੋਹਣੀ ਕੁੜੀ ਹੈ। ਪੁੱਤ ਤੂੰ ਕਿੱਥੋਂ ਆਈ ਹੈ? ਸ਼ਿਮਲੇ ਤੋਂ। ਮੈਂ ਵੀ ਕਹਾ ਐਡੀ ਸੋਹਣੀ ਕੁੜੀ ਕਿੱਥੋਂ ਆਈ। फिर तो दिन में गर्मी लगती होगी थोड़ी जी। बीबी जी है। बीबी जी, मैं कंगन शूटिंग वास्ते पा सकती हूँ। पुत, पाउंड तो तू पा सकती है जी, सद के पा। पर कंगन ना एदी मां ने दी बहू वास्ते रखी है। और थैंक यू बीबी जी। चलती है। आजो, तुसी बीबी होना मिल लो। ठीक है। आजो। सस्त्रिकाल, सस्त्रिकाल, सस्त्रिकाल बीजी। सस्त्रिकाल पुत्र। आत्वाड़े कंगन, बहुत सोने हैं। थैंक यू सो मच। क्या दीरा? ये कंगन तेरे पाए बहुत सोने लग देसी। ये दासे, साड़ा पेट की भी लग गया था ना? बहुत प्यारा। मैंने हमें लगता है मैं इतनी बस जा। मैम, टॉम सर बुला रहे। आजो। मैं चल दिया। सस्त्रिकाल जग्गा जी, थैंक यू सो मच। सस्त्रिकाल। जग्गा जी, हाँ तुसी कप ले आए सीगे जी। हाँ जी, थैंक यू। इहदे च की पाया? गुड़। हाँ जी गुड़ ही है। ओ फिर साढ़े खाली भांडे नहीं ना मोड़ दे जी। तुसी बहुत स्वीट हो जग्गा जी, बहुत भोले इंसान हो। मैनू बहुत चंगा लग्या इत्थे आके। हुण किन्ने दिन शिमले जाके मेरा दिल नहीं लगना। दिल तो हुण साडा भी नहीं लगना जी, एवें सोना सोना जिहा लगूगा। सोहनी रौनक लगी सी जी। हाँ जी। चंगा जी। ओके जी। सस्त्रीकाल जी। सस्त्रीकाल। Oh,
ਜੱਗਾ ਜੀ ਤੁਸੀਂ? ਸਤਿ ਸ਼੍ਰੀ ਅਕਾਲ ਸੋਨਾਲੀ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ? ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ ਜੀ, ਬਹੁਤ। ਮੈਂ ਨਾ ਅੱਛਾ ਗੁੜ ਲੈ ਕੇ ਆਇਆ ਸੀਗਾ, ਘਰ ਦਾ ਗੁੜ ਹੈ ਜੀ। ਥੈਂਕ ਯੂ। ਹੋਰ ਸੁਣਾਓ, ਠੀਕ ਹੋ? ਤੁਹਾਨੂੰ ਮੇਰੇ ਘਰ ਦਾ ਕਿਵੇਂ ਪਤਾ ਲੱਗਿਆ? ਉਹ ਅਸੀਂ ਤੁਹਾਡੇ ਹੋਟਲ ਗਏ ਸੀਗੇ ਜੀ, ਹਿਮਲੈਂਡ। ਉੱਥੋਂ ਬਸ ਉਹਨਾਂ ਨੇ ਸਾਨੂੰ ਐਡਰੈਸ ਦੇ ਤਾ, ਬਸ ਫਿਰ ਅਸੀਂ ਸਿੱਧਾ ਇੱਥੇ ਆ ਗਏ ਤੁਹਾਡੇ ਕੋਲ। ਤੁਸੀਂ ਸ਼ਿਮਲੇ ਘੁੰਮਣ ਆਏ ਹੋ? ਹਾਂ, ਘੁੰਮਣ ਆਏ ਸੀ, ਉਹ ਪਰੋਇਆ ਆਇਆ ਹੋਇਆ ਸੀਗਾ। ਬਸ ਫਿਰ ਅਸੀਂ ਕਿਹਾ ਅੰਕਲ ਦਾ ਪਤਾ ਤਾਂ ਲੈਣ ਆਉਣਾ ਹੀ ਹੈ, ਅੰਕਲ ਬਿਮਾਰ ਰਹਿੰਦੇ ਨੇ, ਵੀ ਨਾਲੇ ਸ਼ਿਮਲਾ ਘੁੰਮ ਆਵਾਂਗੇ। ਕਾਕਾ, ਤੂੰ ਇਹ ਮੈਨੂੰ ਪਹਿਲਾਂ ਵੀ ਪੁੱਛਿਆ, ਪਰ ਮੈਨੂੰ ਕੀ ਹੋਇਆ? ਪਰ ਸੁਨਾਰੀ ਨੇ ਦੱਸਿਆ ਸੀਗਾ ਵੀ ਤੁਹਾਨੂੰ ਦਿਲ ਦਾ ਦੌਰਾ ਪੈ ਗਿਆ ਸੀਗਾ। ਮੈਂ ਦਿਲ ਦਾ ਦੌਰਾ? ਮੈਂ ਕਦੋਂ ਦੱਸਿਆ? ਨਹੀਂ, ਪਰ ਤੁਸੀਂ ਫੋਨ ਤੇ ਦੱਸਿਆ ਸੀਗਾ ਵੀ ਦਿਲ ਦਾ ਦੌਰਾ ਪੈ ਗਿਆ, ਤੇ ਮੈਂ ਨਹੀਂ ਦੱਸਿਆ ਤੁਹਾਨੂੰ। ਤੁਸੀਂ ਫੋਨ ਤੇ ਦੱਸਿਆ ਜੀ, ਫਿਰ ਮੈਂ ਤੁਹਾਨੂੰ, ਮੈਂ ਤਾਂ ਪੈਸੇ ਹੀ ਭੇਜੇ ਤੁਹਾਨੂੰ। ਤੁਸੀਂ ਕੀ ਕਹਿ ਰਹੇ ਹੋ, ਕਿਹੜੇ ਪੈਸੇ? ਇਸ ਹਿਸਾਬ ਨਾਲ ਤਾਂ ਕੰਗਣਾ ਤੋਂ ਵੀ ਮੁੱਕਰਨਗੇ। ਲੈ ਲੈ ਫੇਰੇ, ਕਰਾਲਾ ਵਿਆਹ। ਵਾਟ ਰਬਿਸ਼ ਪਾਪਾ, ਪਤਾ ਨਹੀਂ ਇਹ ਲੋਕ ਕੀ ਕਹੀ ਜਾ ਰਹੇ ਨੇ, ਮੈਨੂੰ ਕੁਝ ਨਹੀਂ ਪਤਾ, ਮੈਂ ਕੁਝ ਨਹੀਂ ਕਿਹਾ ਇਹਨਾਂ ਨੂੰ। ਕੀ ਬਕਵਾਸ ਕਰਦੇ ਹੋ ਤੁਸੀਂ? ਤੁਸੀਂ ਹੈ ਕੌਣ? ਮੈਂ ਜੱਗਾ ਜੀ ਪੱਗਣ ਵਾਲੇ ਤੋਂ, ਨਾਲੇ ਸੋਨਾਲੀ ਜੀ ਉਹਨਾਂ ਨੇ ਸ਼ੂਟਿੰਗ ਵੀ ਕੀਤੀ ਸੀ ਸਾਡੇ ਘਰੇ ਜੀ। ਮੈਂ ਤੁਹਾਡੇ ਇਲਾਜ ਵਾਸਤੇ ਪੈਸੇ ਵੀ ਭੇਜਣੇ ਸੀ, ਤੇ ਮੈਂ ਸ਼ੂਟਿੰਗ ਵਾਸਤੇ ਕੰਗਣ ਵੀ ਦਿੱਤੇ ਸੀਗੇ ਜੀ। ਕੰਗਣ ਦਿੱਤੇ ਸੀ? ਮੈਂ ਤੁਹਾਨੂੰ ਥੋੜੀ ਜਿਹੀ ਰਿਸਪੈਕਟ ਹੀ ਦਿੱਤੀ, ਤੁਸੀਂ ਕਹਾਣੀਆਂ ਬਣਾਉਣ ਲੱਗੇ। ਪਾਪਾ ਪਾਗਲ ਨੇ ਦੋਨੋਂ? ਪਾਗਲ ਨਹੀਂ ਹੈ, ਇਹ ਫਰਾਡ ਨੇ। ਫਰਾਡ ਮਾਰੇ ਤੁਸੀਂ ਹੋ, ਸਾਨੂੰ ਸਾਡਾ ਸਮਾਨ ਮੋੜ ਦੋ, ਨਹੀਂ ਸਾਨੂੰ 100 ਤਰੀਕੇ ਆਉਂਦੇ ਨੇ। ਚਲੋ ਤਾਂ ਚਲੋ। मैंडी के साथ पिक्चर्स अपलोड करी हैं, ये लोग क्या कोई शूट कर रहे हैं यार? कर रहे होंगे यार, दिखा जरा। ये देख, सी, मैं थोड़े लाइव वास्ते पैसे भी दिए थे, मैं शूटिंग वास्ते कंगन भी देते थे जी। ਆ ਤੁਹਾਡੇ ਕੰਗਣ, ਇਹਨਾਂ ਤਾਂ ਸਿਰਫ ਤੁਹਾਡੀ ਹੋਣ ਵਾਲੀ ਵਾਈਫ ਦਾ ਹੱਕ ਹੈ। ਤੇ ਆ ਤੁਹਾਡੇ 8 ਲੱਖ ਰੁਪਏ। ਤੁਸੀਂ ਅੰਦਰ ਆਓ, ਚਾਹ ਪਾਣੀ ਤਾਂ ਪੀਓ। ਤੁਸੀਂ ਪਹਿਲੇ ਆ ਫੜ ਲਓ।
आवी। नहीं, मैं पैसे नहीं लेने जी, थोड़ा तो इस कोई कसूर ही नहीं। तुसी सारा कुछ मेरे लिए किया सी ना, मेरा भी फर्ज बनता है। तुसी प्लीज अपना ट्रैक्टर वापस ले आओ, नहीं तो मेरे मन पर बोझ रहूगा। नहीं नहीं, तुसी अपने मन पर बोझ ना रखो, मैं जो कुछ भी किया अपनी रूह तो किया। मैनू अपने किते ते कोई अफसोस नहीं। पर ऐदा कौन करता है, किसी बेगाने लिए अपना सब कुछ कौन गवांदा है? तुसी प्लीज प्लीज इन्हां नू कुछ समझाओ। इन्हें बेगाना थोड़ी समझे, जो भी किता अपना समझ के किता है। तुसी प्लीज अपना ट्रैक्टर वापस ले आओ, मैनू पता हो तुहाडे वास्ते तुहाडे फादर वर्गा सी। मैनू एवें लगता है जिवें तुसी फिर यतीम हो गए। मैनू पता जी इसका, इन्हें पैसे नहीं लेने, वार बार कहने का कोई फायदा नहीं। मैं हैरान हाँ जी, तुसी इत्थे साडे घर किवें? तुसी मीनू नाल मिलके मेरे नाम ते जग्गे दा ट्रैक्टर लुट लिया। मीनू ने मैनू सब कुछ दसता, मैं और ट्रैक्टर वापस लेने आई हाँ। तुसी पहला ऐ दसो, चाह पानी पीता कि नहीं तुसी? आ तुहाडे 8 लाख रुपए जिन्हें तुसी जग्गे नू दित्ते सी। मैं हैरान हाँ जी, जग्गे वास्ते? थोड़ा जग्गे नाल की लेना देना? जग्गे ने मेरे लिए इन्ना कुछ किया, यह किवें हो सकता है कि मैं ओहदे लिए कुछ भी ना करा? कुबे दे मारी लत, कुबे दे लोट आ गई। इन्हूं मैं जग्गे दी खुशकिस्मत समझा, जा रब दी बेपरवाही। तुहानूं इस गल दा की मतलब? तुसी अपने पैसे लो ते ट्रैक्टर वापस करो। ये नहीं हो सकता बीबा जी, पैसे मैं थोड़े तो नहीं ले, नाले थोड़ा इस गल नाल कोई लेना देना है ही नहीं, मैं थोनू जानता ही नहीं। गल एक महीने की हुई सी, महीना लंघे नू भी पूरा एक महीना हो गया, ये ट्रैक्टर मेरा होना। दिस इज चीटिंग। ये चीटिंग चुटिंग नहीं जी, मैं जानता, नाले जाते जाते ना जग्गे नू एक सुनेहा दे दियो मेरा, अगले हफ्ते असी फिर एक टोचन मुकाबला करवाउण लगे हाँ। ऐतकी मैं फिर झंडी करूँ, शर्त फिर ट्रैक्टर ट्रैक्टर दी हो, जग्गे नू मेरा खुला सदा है, जे वो मुकाबला के जित सकता ना जित ले, जिद्दा मैं तां लै जी अपना भाई लार साके। जा रही है थी, मेरा तां ना चनी दी काल जा खुसदा है। आंटी जी मैंने जाना पैना है, मेरी फैमिली मेरा वेट कर रही है। दीदी दो दिन होर रुक जाते, उन्होंने मेरी फिक्र होएगी। पुत जदों का तू इस घर च पैर पाया, मैनू मुद्दता बाद लगे इस घर च जान है, मैनू यूं लगता तू चली जावेगी ना कितने इस घर दी कंधा ना डिग पै। क्यों आ गए? तुसी मैनू बाय नहीं सी कहना? मैथू ना जी,
जाती बाप तो किसी ने मिले नहीं जाता एमें पंजा ही दुखी होता मन खराब करने दी की गल है असि दोनों दोबारा भी तो मिलेंगे कदे तो मैं पंजाब आऊंगी तुसी भी तो शिमला आओगे थोड़ी हुण इत्थे आउण दी कोई वजह नहीं बाकी मेरे वर्गे देसी जट लई शिमले जाना छत ते जाण दे बराबर है चक्की मैं चलती हूँ हेलो हंस के किसी ने तोरी दा ता हंस के तोरी दा तोरन तोरन च भी फर्क होता हंस के उन्हें तोरी दे जिदी मुड़ के आने की आस हो जिन्हें कदम मुड़ना ही नहीं हंस के कि मैं तोरा